ਫਲਾਈਓਵਰ ਤੇ ਵੱਡਾ ਹਾਦਸਾ ਵਾਪਰਿਆ। ਦੱਸਦੇ ਕਿ ਇੱਕ ਕਾਰ ਨੇ ਕਈ ਪਲਟੀਆਂ ਖਾਧੀਆਂ ਨੇ। ਦੱਸਦੇ ਕਿ ਜਲੰਧਰ ਦੇ ਪੁਰਾਣੇ ਬੱਸ ਸਟੈਂਡ ਦੇ ਫਲਾਈਓਵਰ ਤੇ ਇਹ ਵੱਡਾ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਖੁਦ ਪਲਟੀਆਂ ਖਾ ਲਈਆਂ। ਦੱਸਦੇ ਕਿ ਮੋਟਰਸਾਈਕਲ ਸਵਾਰ ਨੇ ਕਾਰ ਨੂੰ ਓਵਰਟੇਕ ਕੀਤਾ ਸੀ ਅਤੇ ਜਿਸ ਨੂੰ ਬਚਾਉਣ ਦੇ ਲਈ ਕਾਰ ਖੁਦ ਪਲਟ ਜਾਂਦੀ ਹੈ ਅਤੇ ਇੰਨਾ ਭਿਆਨਕ ਇਹ ਹਾਦਸਾ ਵਾਪਰਦਾ ਕਿ ਕਾਰ ਦੇ ਪਰਖਤ 'ਚ ਹੀ ਉੱਡ ਗਏ ਅਤੇ ਕਾਰ ਹੈ ਜਿਹੜੀ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਜਾਂਦੀ ਹੈ। ਕਾਰ ਦੇ ਸ਼ੀਸ਼ੇ ਵੀ ਟੁੱਟ ਜਾਂਦੇ ਨੇ, ਸੜਕ 'ਤੇ ਕੱਚ ਹੀ ਕੱਚ ਖਿਲਰਿਆ ਹੋਇਆ ਨਜ਼ਰ ਆ ਰਿਹਾ ਅਤੇ ਕਾਰ ਹੈ ਜਿਹੜੀ ਉਹ ਬੁਰੀ ਤਰ੍ਹਾਂ ਦੇ ਨਾਲ ਚੱਕਣਾ ਚੂਰ ਹੋ ਜਾਂਦੀ ਹੈ ਅਤੇ ਮੌਕੇ 'ਤੇ ਹੀ ਟੋ ਵੈਨ ਨੂੰ ਬੁਲਾਇਆ ਜਾਂਦਾ, ਜਿਸਦੀ ਮਦਦ ਦੇ ਨਾਲ ਕਾਰ ਨੂੰ ਜੋ ਕਿ ਉੱਥੋਂ ਹਟਾਇਆ ਜਾਂਦਾ ਅਤੇ ਪੁਲਿਸ ਅਤੇ ਰਾਹਗੀਰਾਂ ਦੀ ਮਦਦ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਸਕਦੇ ਹੋ ਕਿਵੇਂ ਕਾਰ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕਾਰ ਹੈ ਜਿਹੜੀ ਉਹ ਡਿਵਾਈਡਰ ਨਾਲ ਟਕਰਾ ਕੇ ਸਿੱਧੀ ਖੜ ਜਾਂਦੀ ਹੈ ਅਤੇ ਕਾਰ ਨੇ ਕਈ 2 ਤੋਂ 3 ਪਲਟੀਆਂ ਖਾਧੀਆਂ ਨੇ ਅਤੇ ਡਿਵਾਈਡਰ ਦੇ ਚੜ ਕੇ ਕਾਰ ਹੈ ਜਿਹੜੀ ਕਿ ਉਹ ਸਿੱਧੀ ਹੀ ਖੜ ਜਾਂਦੀ ਹੈ ਅਤੇ ਇਸ ਦੌਰਾਨ ਕਾਰ ਹੈ ਜਿਹੜੀ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ। ਇੱਕ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਕਾਰ ਹੈ ਜਿਹੜੀ ਉਹ ਪੁਲ ਤੇ ਪਲਟੀਆਂ ਖਾ ਜਾਂਦੀ ਹੈ। ਗੱਡੀ ਕਿੰਨੇ ਕੁ ਜਣੇ ਸੀ? ਚੜ੍ਹਦੀ ਕਲਾ ਟਾਈਮ ਟੀਵੀ ਲਈ ਜਲੰਧਰ ਤੋਂ ਪੱਤਰਕਾਰ ਸੰਦੀਪ ਕੌਲ ਦੀ ਖਾਸ ਰਿਪੋਰਟ।